ਨਿਆਦੀ ਦਾ ਦੱਸਾਂ ਗਾਣਾ ਅਤਾ ਉੱਲਾ ਗੁਲੂਕਾਰ ਬਹੁਤ ਚੰਗਾ ਪੂਰੀ ਦੁਨੀਆ ਤੇ ਉਹਦੀ ਇੱਜ਼ਤ ਤੇ ਨਾਮ ਹੈ ਲੇਕਿਨ ਉਸਤਾਦ ਜੀ ਉਹਦੇ ਜਿਹੜੇ ਗਾਣੇ ਨੇ ਨਾ ਉਹ ਵਿਆਹ ਦੇ ਘਰ ਨਹੀਂ ਚੱਲਦੇ ਉਹਦੀ ਆਵਾਜ਼ 'ਚ ਦਰਦ ਬੜਾ ਉਹਦੀਆਂ ਕੇਸਟਾਂ ਜਨਾਜ਼ਿਆਂ ਤੇ ਚੱਲਦੀਆਂ ਆ ਕਦੋਂ ਕਿਤੇ ਚਾਚਾ ਬਾਬਾ ਮਰੇ ਤੇ ਅਤਾ ਉੱਲਾ ਨੂੰ ਬੁਲਾ ਲਓ ਹੱਦ ਹੋ ਗਈ ਆ ਉਹਦੇ ਕੋਲ ਇੱਕ ਬੰਦਾ ਚਲਾ ਗਿਆ ਕਹਿੰਦਾ ਭਾਜੀ ਤੁਸੀਂ ਗਾਉਂਦੇ ਹੋ ਉਹਨੇ ਕਿਹਾ ਜੀ ਬਿਲਕੁਲ ਉਹਨੇ ਕਿਹਾ ਕਿੰਨੇ ਪੈਸੇ ਲੈਂਦੇ ਹੋ ਉਹਨੇ ਕਿਹਾ ਜੀ ਮੈਂ 40,000 ਰੁਪਇਆ ਗਿਣਨਾ ਉਹਨੇ ਕਿਹਾ ਮੈਂ 80,000 ਰੁਪਇਆ ਦਿੰਦਾ ਤੂੰ ਕੱਲ ਮੇਰੇ ਨਾਲ ਗਾਉਣਾ ਉਹਨੇ ਕਿਹਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਕਹਿੰਦਾ ਕੱਲ ਮੈਂ ਮਰ ਜਾਣਾ ਪਿੱਛੇ ਰੋਣ ਵਾਲਾ ਕੋਈ ਨਹੀਂ ਉਹ ਗਾਣਾ ਹੀ ਇੰਜ ਗਾਉਂਦਾ ਵੇਖੋ ਤੇ ਸਹੀ ਆ ਚੱਦਰ ਇੱਕੋ ਪਾਸੇ ਲੈਂਦਾ ਭਾਵੇਂ ਮਰਦੇ ਅੱਲਾ ਜਾਣੇ ਕੀ ਢੱਕਣ ਡਿਆ ਹੁੰਦਾ ਇਹ ਆਵਾਜ਼ਾਂ ਤੇ ਉਹ ਗਾਉਣਾ ਇਹ ਵਾਜਾ ਪਿੱਛੇ ਕਿਉਂ ਰੱਖੇ ਆ ਇਹ ਗਾਉਣਾ ਉਹਦਾ ਆਪਣਾ ਵਾਜਾ ਚੋਰੀ ਦਾ ਔਰ ਗਾਣੇ ਦੇ ਬੋਲ ਵੇਖੋ ਕੀ ਨੇ ਜੋ ਉਹਦੇ ਮੂੰਹ ਚ ਆਉਂਦਾ ਗਾ ਛੱਡਦਾ ਬੇਬੇ ਹੋਈ ਬੇਵਾ ਕੀਤੀ ਅੱਬੇ ਦੀ ਨਾ ਚੰਗੀ ਤੇਰਾ ਸੇਵਾ ਨਿਕਲੀ ਮਰ ਜਾਣ ਵਾਲੀ ਏ ਯਤੀਮ ਬਣਾਉਣ ਵਾਲੀ ਏ ਇਹ ਕੋਕਾ ਨੱਕ ਦਾ ਕੋਕਾ ਉਹ ਕੀਤਾ ਸੱਸ ਨੇ ਮੇਰੇ ਨਾਲ ਧੋਖਾ ਛੋਟੀ ਨੂੰ ਵਖਾਉਣ ਵਾਲੀ ਏ ਤੇ ਵੱਡੀ ਨੂੰ ਵਿਆਉਣ ਵਾਲੀ ਏ ਆ ਸਿਆਪਾ ਜੀ ਉਹਦਾ ਹੋਰ ਕਿਸੇ ਗੁਲੂਕਾਰ ਦਾ ਗਾਣਾ ਆਪਦਾ ਪ੍ਰਵੀਨ ਦਾ ਗਾਣਾ ਕਿਸਾ ਅੱਲਾ ਮਾਫੀ ਉਸਤਾਦ ਜੀ ਕੋ ਥੋੜਾ ਬਹੁਤਾ ਗਾਣਾ ਹੋਵੇ ਤੇ ਬੰਦਾ ਗਾ ਵੀ ਲਵੇ ਇਹ 6-7 ਮਣ ਗਾਣਾ ਕੌਣ ਗਾਏ ਉਹਦੇ ਵਿਚਾਰੀ ਜਿੱਥੇ ਗਾਉਂਦੀ ਹੈ ਟੋਇਆ ਪੈ ਜਾਂਦਾ ਸਾਡੇ ਪਿੰਡ ਗਾ ਕੇ ਆਈ ਹੈ ਮੁੰਡੇ ਹਾਲੇ ਤੱਕ ਭਰਤੀ ਪਾਉਣ ਡਏ ਨੇ ਉਹਦਾ ਗਾਣਾ ਹੀ ਅਜੀਬ ਕਿਸਮ ਦਾ ਮੀਆਂ ਮੀਆਂ ਕਰਕੇ ਉਹਨੇ ਸਾਡੇ ਕੋਲ ਇੱਕ ਨਹੀਂ ਰਹਿਣ ਦਿੱਤਾ ਹੋਰ ਕਿਸੇ ਗੁਲੂਕਾਰ ਦਾ ਸੁਣ ਲਓ ਅੱਛਾ ਮਹਿੰਦੀ ਹਸਨ ਸੁਣਾ ਮਹਿੰਦੀ ਹਸਨ ਸਾਹਿਬ ਦੀ ਕੀ ਬਾਤ ਹੈ ਜੀ ਦੁਨੀਆ ਤੇ ਐਸੇ ਲੋਕ ਪੈਦਾ ਹੋ ਸਕਦੇ ਨੇ ਦੂਲਾ ਫਨਕਾਰ ਮੈਂ ਕਹਿੰਦਾ ਕੀ ਬਾਤ ਹੈ ਮਹਿੰਦੀ ਸਾਹਿਬ ਦੀ ਕੇ ਹਿੰਦ ਸਿੰਧ ਮਨਵਾਉਣ ਵਾਲੇ ਲੋਕ ਲੇਕਿਨ ਗੱਲ ਪਤਾ ਕੀ ਉਸਤਾਦ ਜੀ ਮਹਿੰਦੀ ਸਾਹਿਬ ਦੇ ਬੋਲਾਂ ਦੀ ਸਮਝ ਨਹੀਂ ਆਉਂਦੀ ਮੂੰਹ ਹਿਲਦਾ ਨਜ਼ਰ ਆਉਂਦਾ ਆਹ ਵੇਖੋ ਉਹਨਾਂ ਦਾ ਅੰਦਾਜ਼ ਉਹ ਨਾ ਪਤਾ ਲੱਗਦਾ ਮਹਿੰਦੀ ਸਾਹਿਬ ਗਾਉਂਦਿਆਂ ਨੇ ਨਾ ਪਤਾ ਲੱਗਦਾ ਗੂੰਗੀ ਇਸ਼ਾਰਾ ਕਰਨ ਦੀ ਪੀ ਉੱਤੋਂ ਦੀ ਆ ਜਾ ਉੱਤੋਂ ਕੀ ਬਕਵਾਸ ਕਰਨੇ ਮਾਰਾ ਢੋਲਕੀ ਤੇਰੇ ਮੂੰਹ ਦੇ ਉੱਤੇ ਮਹਿੰਦੀ ਹਸਨ ਨੇ ਤੇ ਬੋਲ ਹੀ ਜਿੱਦਾਂ ਕਿਹਾ ਕਿਸ ਤਰ੍ਹਾਂ ਤੂੰ ਸ਼ਾਦੀਆ ਖੁਸ਼ਕ ਸੁਣਾ ਲੈ ਉਹ ਜਿਹੜੀ ਰੇਤ ਖਾ ਕੇ ਗਾਉਂਦੀ ਹੈ ਸ਼ਾਦੀਆ ਖੁਸ਼ ਉਹਦਾ ਗਾਣਾ ਹੀ ਅਜੀਬ ਕਿਸਮ ਦਾ ਹੈ ਆਏ ਕੋਜਾ ਕਮਲਾ ਯਮਲਾ ਚੁੱਚੀਆਂ ਅੱਖਾਂ ਵਾਲਾ ਡੋਲਾ ਟਿੱਟੋ ਮੋਟਾ ਕੱਟੋ ਛੋਟਾ ਕੂਲਰ ਵਰਗਾ ਡੋਲਾ ਕੰਮ ਨਾ ਕੋਈ ਕਰਦਾ ਉੱਤੋਂ ਮੂੰਹੋਂ ਵੀ ਬੜ ਬੋਲਾ ਮੇਰਾ ਲਾਜੜਾ ਮੇਰਾ ਲਾਜੜਾ ਗਾਣਾ ਬੰਦ ਹੋ ਜਾਂਦਾ ਮਹੱਲਾ ਸਾਰਾ ਸਾਰੀ ਰਾਤ ਹਿਲਦਾ ਰਹਿੰਦਾ ਅੱਛਾ ਹੁਣ ਮਾਂ ਦੀ ਸੁਣਾ ਕੀ ਹਾਲ ਸੂ ਅੱਲਾ ਦੀ ਬੜੀ ਮਿਹਰਬਾਨੀ ਹੈ ਕਹਿੰਦੀ ਸੀ ਉੱਥੇ ਜਾਏਗਾ ਤੇ ਮਾਮੇ ਨੂੰ ਮੇਰਾ ਸਲਾਮ ਦੇ ਤੁਹਾਨੂੰ ਮਾਮਾ ਹੀ ਦੱਸਦੀ ਯਾਰ ਸਾਡੀ ਮਾਂ ਨੇ ਵੀ ਹਰੇ ਕਿੱਥੇ ਕਿੱਥੇ ਭਰਾ ਬਣਾਏ ਅੱਛਾ ਹੁਣ ਮੈਂ ਫਿਰ ਤੈਨੂੰ ਕਿਹੜਾ ਗਾਣਾ ਸਿਖਾਵਾਂ ਉਸਤਾਦ ਜੀ ਤੁਸੀਂ ਸਾਰੀਆਂ ਗੱਲਾਂ ਛੱਡੋ ਤੁਸੀਂ ਮੈਨੂੰ ਪਛਤੋ ਗਾਣਾ ਸਿਖਾਓ ਉਹ ਤੇ ਇੱਕ ਮਿੰਟ ਦੀ ਗੱਲ ਆ ਅੰਦਰ ਬੇਟਾ ਪਛਤੋ ਗਾਣੇ ਵਾਸਤੇ ਇੰਨੀ ਤੇ ਕੁਰਬਾਨੀ ਦੇਣੀ ਪੈਂਦੀ ਗੋਲੀ ਭਰਦੇ ਕਿੱਥੋਂ।